ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲਗਾਤਾਰ 9 ਦਿਨ ਇਹਨਾਂ ਨੂੰ ਰਹਿਣ ਗਈਆਂ ਛੁੱਟੀਆਂ ਜਲਦੀ ਦੇਖੋ ਲਿਸਟ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਗਸਤ ਮਹੀਨੇ ਦੇ ਵਿੱਚ ਨਾਗ ਪੰਚਮੀ ਰਕੜੀ ਅਤੇ ਸੁਤੰਤਰਤਾ ਦਿਵਸ ਦੇ ਸਮੇਤ ਕਈ ਵੱਡੇ ਤਿਉਹਾਰਾਂ ਦੇ ਕਾਰਨ ਬੈਂਕਾਂ 'ਚ 9 ਦੇ ਨਾਲ ਹੀ ਵੱਖ-ਵੱਖ ਛੁੱਟੀਆਂ ਹੋਣਗੀਆਂ ਅਗਸਤ ਮਹੀਨੇ ਦੇ ਵਿੱਚ 6 ਛੁੱਟੀਆਂ ਸਿਰਫ ਸਨੇਚਰ ਤੇ ਐਤਵਾਰ ਦੀਆਂ ਹੋਣਗੀਆਂ ਇਸ ਤੋਂ ਇਲਾਵਾ 9 ਅਗਸਤ ਨੂੰ ਮੰਗਲਵਾਰ 15 ਅਗਸਤ ਨੂੰ ਸੋਮਵਾਰ ਤੇ ਆਜ਼ਾਦੀ ਦਿਵਸ ਤੇ 19 ਅਗਸਤ ਨੂੰ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਵੇਗੀ ਤੁਹਾਨੂੰ ਦੱਸਦੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਜਿਨੂੰ ਕਿ ਆਰਬੀਆਈ ਕਹਿੰਦੇ ਨੇ ਉਸ ਦੇ ਦੁਆਰਾ ਛੁੱਟੀਆਂ ਦਾ ਫੈਸਲਾ ਚਾਰ ਸ਼੍ਰਿਆਣੀਆਂ ਦੇ ਤਹਿਤ ਕੀਤਾ ਜਾਂਦਾ ਜਿਸ ਦੇ ਵਿੱਚ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਛੁੱਟੀਆਂ ਰੀਅਲ ਟਾਈਮ ਗਰਾਸ ਸੈਟਲਮੈਂਟ ਛੁੱਟੀਆਂ ਤੇ ਬੈਂਕ ਖਾਤੇ ਬੰਦ ਕਰਨਾ ਸ਼ਾਮਲ ਹੈ ਸੋ ਰਾਸ਼ਟਰੀ ਛੁੱਟੀਆਂ ਤੋਂ ਇਲਾਵਾ ਦੂਜੇ ਤੇ ਚੌਥੇ ਛੇਨਿਚਰਵਾਰ ਬੈਂਕ ਬੰਦ ਰਹਿਣਗੇ ਐਤਵਾਰ ਨੂੰ ਵੀ ਬੈਂਕ ਬੰਦ ਹੁੰਦੇ ਨੇ ਸੋ ਸੂਬਾ ਪੱਦਰੀ ਤਿਹਾਰਾਂ ਦੇ ਕਾਰਨ ਸ਼ੂਟਿੰਗਾਂ ਦੇ ਵਿੱਚ ਬੈਂਕ ਬੰਦ ਹੁੰਦੇ ਨੇ ਕੁਝ ਬੈਂਕਾਂ ਵਿੱਚ ਛੁੱਟੀਆਂ ਖੇਤਰੀ ਹੁੰਦੀਆਂ ਨੇ ਤੇ ਵਕ ਵਕ ਸੂਬਿਆਂ ਦੇ ਬੈਂਕਾਂ ਵਿੱਚ ਛੁੱਟੀਆਂ ਦੇ ਕਾਰਨ ਬਦਲਾ ਹੁੰਦਾ ਜਿੱਥੇ 7 ਅਗਸਤ ਐਤਵਾਰ ਨੂੰ 9 ਅਗਸਤ 13 ਅਗਸਤ ਇਸ ਤੋਂ ਇਲਾਵਾ ਦੋਸਤੋ ਤੁਸੀਂ ਦੇਖ ਸਕਦੇ ਹੋ 14 15 19 21 27 ਤੇ 28 ਅਗਸਤ ਨੂੰ ਲਗਾਤਾਰ